ਕਿ ਪਿਛਲੇ ਜੁਲਾਈ ਦੇ ਮਹੀਨੇ 'ਚ ਹੜ੍ਹ ਆਉਣ ਦੇ ਕਾਰਨ ਮੇਰਾ ਮਕਾਨ ਡਿੱਗ ਪਿਆ ਸੀ, ਅਤੇ ਕਿਉਂਕਿ ਪਿਛਲੀ ਸਰਕਾਰ ਨੇ ਸਾਨੂੰ ਕੁਛ ਨਹੀਂ ਦਿੱਤਾ ਅਤੇ ਐਂਬੂਲੈਂਸ ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀਆਂ ਸੀ ਅਤੇ ਉਹਨਾਂ ਨੇ ਕੋਈ ਸਾਡੇ ਲਈ ਭੇਜਿਆ ਨਹੀਂ ਸੀ, ਅਤੇ ਇਸ ਲਈ ਮੇਰਾ ਸਮਾਨ ਆਸ ਪਾਸ ਆਂਢ ਗੁਆਂਢ ਪਿਆ ਹੈ ਅਤੇ ਮੇਰੇ ਰਹਿਣ ਲਈ ਕੋਈ ਜਗ੍ਹਾ ਨਹੀਂ ਹੈਗੀ, ਅਤੇ ਇਸ ਲਈ ਕਰਕੇ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਆਸ ਪਾਸ ਤਾਂ ਬਹੁਤ ਨੁਕਸਾਨ ਹੋਇਆ ਲੇਕਿਨ ਕਿਸੇ ਨੇ ਐਨਕ ਵਾਰੀ ਆ ਕੇ ਨਹੀਂ ਕੀਤੀ ਜੀ। ਰਿਪੋਰਟਾਂ ਸਾਰੀਆਂ ਦਿੱਤੀਆਂ, 3 ਰਿਪੋਰਟਾਂ ਦਿੱਤੀਆਂ ਸੀ, ਪਟਵਾਰੀ ਸਾਹਿਬ ਨੂੰ ਵੀ ਦਿੱਤੀਆਂ ਸੀ, ਉਹਨਾਂ ਨੇ ਵੀ ਆ ਕੇ ਕੁਛ ਨਹੀਂ ਵੇਖਿਆ, ਅਤੇ ਐਂਬੂਲੈਂਸ ਸਾਹਿਬ ਨੂੰ ਵੀ ਸਾਹਮਣੇ ਸਾਹਿਬ ਨੂੰ ਭੇਜਿਆ ਸੀ, ਉਹਨਾਂ ਨੇ ਵੀ ਕੁਛ ਨਹੀਂ ਸਾਨੂੰ ਆ ਕੇ ਦਿੱਤਾ। ਗਹਿਰਾ ਸਮਾਨ ਵੀ ਬਾਹਰ ਸੀ ਕਿਉਂ ਹੁਣ ਤੱਕ ਗਰਮੀ ਹੈ ਅਤੇ ਬਾਹਰ ਹੀ ਸੋਣਾ, ਜੇ ਸਰਦੀ ਦਾ ਮੌਸਮ ਹੁੰਦਾ ਤਾਂ ਅਸੀਂ ਕਿੱਥੇ ਸੋਣਾ ਸੀ। ਛੋਟੀ ਜਿਹੀ ਬੈਰਕ ਰਸੋਈ ਬਣੀ ਪਿੱਛੇ ਡਿੱਗ ਪਈ ਸੀ, ਉਹ ਵੀ ਇੱਕ ਦੀਵਾਰ ਡਿੱਗ ਪਈ ਸੀ, ਤੂੰ ਜਾਂ ਦੀਵਾਰੀ ਅਸੀਂ ਬਣਾਈ ਸੀ, ਗੁਜ਼ਾਰਾ ਉਹਦੇ 'ਚ ਕੀਤਾ ਸੀ। ਮੰਗ ਕਰਨਾ ਚਾਹੁੰਦੇ ਹਾਂ ਕਿ ਜੋ ਨਵੀਂ ਸਰਕਾਰ ਬਣੀ ਹੈ ਵੀ ਸਾਡੇ ਐਨਕ ਵਾਰੀ ਕਰਕੇ ਅਤੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਮਕਾਨ ਡਿੱਗੇ ਪਏ ਨੇ, ਵੀ ਮੇਰਾ ਤਾਂ ਇੱਕ ਮੁੰਡੇ ਨੂੰ ਮਕਾਨ ਅੱਗੇ ਹੈਗਾ ਹੈ ਉਹਦੇ ਕੋਲ, ਮੈਂ ਉਹਦੇ 'ਚ ਬੈਠਾ, ਮੰਗ ਕਰਨਾ ਚਾਹੁੰਦੇ ਜੀ ਸਾਨੂੰ ਮਕਾਨ ਸਾਨੂੰ ਮਿਲਣੇ ਚਾਹੀਦੇ ਨੇ, ਉਹ ਜਾਈਦਾ ਮੰਤਰੀਆਂ ਕੋਲ ਤੋਂ ਕਹਿੰਦੇ ਜੀ ਅਸੀਂ ਚੰਡੀਗੜ੍ਹ ਰਿਕਾਰਡ ਖਾਲ ਦਿੱਤਾ ਹੈ, ਤੁਹਾਡਾ ਮਤਲਬ ਲਿਖ ਤੇ ਦਿੱਤਾ ਹੈ ਕਿ ਮਤਲਬ ਤੂੰ ਆਵੇਗਾ ਬਣ ਕੇ ਦਿਓ ਫਿਰ ਦੇਵਾਂਗੇ, ਕੀ ਪਤਾ 5 ਸਾਲਾਂ ਕਿ 10 ਸਾਲਾਂ ਨੂੰ ਦਿਓ, ਕਿ ਦਿੰਦੇ ਵੀ ਕਿ ਨਹੀਂ ਦਿੰਦੇ ਇਹਨਾਂ ਨਹੀਂ ਹੁਣ ਪਤਾ ਸਾਨੂੰ ਜੀ। ਇੱਕ ਵਾਰੀ ਮਿਲਿਆ 3000 ਫਸਲ ਦਾ, ਇੱਕ ਦਾ ਆਇਆ ਫਸਲ ਦਾ ਮਿਲਿਆ, ਫਸਲ ਦਾ ਮਿਲਿਆ, ਮਕਾਨ ਦਾ ਮਿਲਿਆ ਕਿ ਨਹੀਂ ਮਿਲਿਆ? ਨਾ ਮਕਾਨ ਦਾ ਕੋਈ ਨਹੀਂ ਮਿਲਿਆ, ਇਹ ਲਿਖ ਤੇ ਲੈ ਗਏ, ਕੋਈ ਉਸ ਪਿੱਛੇ ਗੌਰੀ ਕੋ ਨਹੀਂ, ਆਇਆ ਹੀ ਕੋਈ, ਵੋਟਾਂ ਦਿਖੀ ਹੋਣ ਆਏ ਨੂੰ, ਵੋਟਾਂ ਵੇਲੇ ਜਦੋਂ ਆਏ ਨੂੰ ਉਦੋਂ ਵੀ ਨਹੀਂ ਗੱਲ ਕੀਤੀ ਉਹਨਾਂ ਨਾਲ, ਨਾ ਕੀਤੀ, ਉਹ ਆਉਂਦੇ ਨੇ ਕਿ ਆ ਜਾ ਸਣ ਆ ਜਾ, ਤੂੰ ਨਹੀਂ ਮਨਜ਼ੂਰ ਹੁੰਦੇ ਪਏ, ਹੁਣ ਕੀ ਪਤਾ, ਸਾਡੇ ਕੋਲ ਕੋਈ ਪ੍ਰਬੰਧ ਨਹੀਂ, ਕਰੇ ਤਾਂ ਸਰਕਾਰ ਕਰੇ, ਸਾਡੀ ਤਾਂ ਕੋਈ ਸੁਣਾਈ ਕੋ ਨਹੀਂ, ਪਾਣੀ ਆਉਂਦਾ ਹੈ ਅੱਜ ਇੰਨੀ ਥਾਂ ਪੈਂਦੀ ਮਿੱਟੀ ਪਾਣ ਹੈ ਜਿੰਨਾ ਕੁ ਸਾਡੀ ਗੁੰਜਾਇਸ਼ ਹੁੰਦੀ, ਨਹੀਂ ਤਾਂ ਕੋਈ ਰਿਸ਼ਤੇਦਾਰ ਇੱਥੇ ਨੇੜੇ ਨੇੜੇ ਆਏ ਨਾ, ਜਿਹੜੇ ਪਾਣੀ ਆਉਂਦਾ ਅਗੇਰੇ ਹੋ ਜਾਵੇ, ਬੰਨ ਪੈ ਜਾਵੇ, ਸਾਡੀ ਫਸਲ ਬਚਣੀ ਚਾਹੀਦੀ, ਮੁਆਵਜ਼ੇ ਦੀ ਸਾਨੂੰ ਕੋਈ ਲੋੜ ਨਹੀਂ।